ਬਾਬੇ ਅੱਜ ਕੱਲ੍ਹ ਬੁਖਾਰ ਬਹੁਤ ਹੋ ਰਿਹਾ ਡੇਂਗੂ ਵਾਲਾ। ਸੋ ਜਿਹੜੇ ਵੀ ਵੀਰਾਂ ਦੇ ਭੈਣਾਂ ਦਾ ਬੁਖਾਰ ਚੜ੍ਹ ਜਾਂਦਾ ਉਤਰ ਜਾਂਦਾ, ਜਿਹੜਾ ਨੌਰਮਲ ਕੋਲ ਵਾਧੂ ਪਈਆਂ ਸੀ ਪਰ ਫੋਟੋਆਂ ਮੁੱਕੀਆਂ ਪਈਆਂ ਸੀ, ਹੁਣ ਅੱਜ ਅਸੀਂ ਫੋਟੋ ਸ਼ੂਟ ਕਰ ਰਹੇ ਹਾਂ, ਸਮਾਨ ਸਾਰਾ ਤਿਆਰ ਆਸਰਾ ਰਹੇ ਸਾਰਾ ਕੁਛ। ਸਮਾਨ ਬਾਲਾ ਪਿਆ ਬਾਬੇ, ਉਹਨੂੰ ਜੁਖਾਮ ਲੱਗ ਗਿਆ, ਪਰਾਲੀ ਛੋਟੇ ਛੋਟੇ ਸੁਰਜ ਨਾਲ ਕੁੱਟ ਪਈ, ਉਹਨੂੰ ਪਤਾ ਨੀ ਦਿਖਦੀ ਹੋਊ, ਅਸੀਂ ਜਾਲੀ ਕੰਮ ਤਾਂ ਕਰ ਦੇਣੀ। ਸਮਾਨ ਬਹੁਤ ਸਮਾਨ ਪਾਇਆ ਇਹਦੇ ਬਾਬੇ, ਬਹੁਤ ਬੜੇ ਕੁੱਟੇ ਐਪੀਸੋਡ ਚੌਥਾ ਪਰਚਾ ਪੈਣ ਦੇ ਯਾਰ, ਪਹਿਲਾਂ ਵੀ ਮੈਨੂੰ ਚੌਥੇ ਪੰਜ ਦਿਨ ਫੋਨ ਆਇਆ ਸੀ, ਕਾਕਾ ਕਹਿੰਦੇ ਪ੍ਰੋਡਿਊਸਰ ਬੋਲਦਾ, ਮੈਂ ਕਿਹਾ ਹਾਂਜੀ ਕਾਕਾ ਤੁਹਾਡੇ ਖਿਲਾਫ਼ ਕਹਿੰਦੇ ਐਪਲੀਕੇਸ਼ਨ ਦਿੱਤੀ ਗਈ ਹੈ ਥਾਣੇ 'ਚ, ਆਓਗੇ ਕੱਲ੍ਹ 4-5 ਦਿਨਾਂ ਬਾਅਦ ਆਉਂਦਾ ਹੁੰਦਾ, ਕਿਹੜਾ ਦੀ ਟੱਟੀ ਨਿਕਲ ਗਈ ਹੁਣ, ਨਹੀਂ ਨਿਕਲੀ ਸੀ ਮੇਰੇ, ਸਾਨੂੰ ਚਾਹ ਚੜ੍ਹ ਗਿਆ ਫੋਨ ਆ ਗਿਆ। ਅਤੇ ਇਸ ਵਾਰ ਐਪੀਸੋਡ ਆ ਰਿਹਾ, ਮੇਰੀਆਂ ਭੈਣਾਂ ਨੂੰ ਬੇਨਤੀ ਹੈ ਕਿ ਕੁੜੀਆਂ ਇਹ ਐਪੀਸੋਡ ਚੌਥਾ ਕਿਸੇ ਨੇ ਨਹੀਂ ਦੇਖਣਾ, ਕੁੜੀਆਂ ਨੇ, ਛੋਟੇ ਬੱਚਿਆਂ ਨੇ ਨਹੀਂ ਦੇਖਣਾ, 18 ਤੋਂ ਵੱਧ ਬੰਦਿਆਂ ਨੇ ਦੇਖਣਾ, ਅਸੀਂ ਤਾਂ ਦੇਖ ਸਕਦੇ ਹਾਂ 18 ਤੋਂ ਵੱਧ ਉਮਰ ਵਾਲੇ ਬੰਦੇ ਨੇ, ਤੇ ਕੁੜੀਆਂ ਨੇ ਇਹ ਐਪੀਸੋਡ ਦੇਖਣਾ ਨਹੀਂ। ਮੰਗਲਵਾਰ ਨੂੰ ਆ ਰਹੀ ਹੈ ਥੁੱਕ ਵਾਲੀ ਖੀਰ, ਉਦੋਂ ਬਾਅਦ ਫਿਰ ਵੀਡੀਓ ਤਿਆਰ ਆ, ਸਮਾਨ ਬਾਲਾ ਆ ਰਿਹਾ ਬਾਬੇ, ਉਹ ਸਮਾਨ ਤੇ ਸਮਾਨ ਠਾ ਸਮਾਨ ਫੋਟੋ ਆਉਣੀ ਹੱਥ ਤੋਂ ਹੱਥ। ਮੇਰਾ ਅੱਜ ਵਿਆਹ ਗਾ, ਵਿਆਹ ਤੇਰਾ? ਹਾਂ, ਮੈਂ ਸਰਵਾਲਾ ਤਾਂਜੂ ਅੱਜ ਬਣਿਆ ਹਾਂ, ਚੱਟ ਦਾ ਵਿਆਹ ਹੋਇਆ ਅੱਜ। ਤੈਨੂੰ ਕਿਹੜੇ ਕੁੜੀ ਦਿੱਤੀ ਓਏ, ਅੱਜ ਲੱਛੀ ਨੂੰ ਚੱਕ ਕੇ ਲੈ ਕੇ ਜਾਣਾ ਓਏ, ਕੁੜੀ ਦਿੱਤੀ ਨਹੀਂ ਚੱਕ ਕੇ ਲੈ ਕੇ ਆਉਣੀ ਆ। ਅੱਛਾ, ਹਾਂ ਉਹ ਕੋਠੇ ਵਿੱਚ ਰਹਿੰਦੀ ਐ, ਤੁਸੀਂ ਦੋ ਬਰਾਤੀ ਮੇਰੇ ਨਾਲ, ਲੱਖ ਬਰਾਤੀਆਂ ਨਾਲ ਦਿਓ, ਮੈਂ ਸਰਵਾਲਾ ਤੇਰਾ ਸਰਵਾਲਿਆ। ਹਾਂ, ਜੇ ਫੈਰ ਵੱਜਿਆ ਟੱਟੀ ਦੇ ਵਿੱਚ ਨਾ ਕੱਢ ਲਈ, ਨਹੀਂ ਧਰਮਰਾਜ ਬਸ ਭੈਣ ਚੋਦਾ ਧਰਮਰਾਜ ਵਾਲੀ ਫੀਲਿੰਗ ਦਵਾਤੀ ਮੈਨੂੰ। ਹੁਣ ਬੁਖਾਰ ਹੁੰਦਾ ਹੈ, ਦੂਜੇ ਤੀਜੇ ਦਿਨ ਠੀਕ ਹੋ ਜਾਂਦਾ, ਤੀਜੇ ਚੌਥੇ ਦਿਨ ਬਿਲਕੁਲ ਠੀਕ ਹੋ ਜਾਂਦਾ, ਪਰ ਜਿਹੜਾ ਇਹ ਡੇਂਗੂ ਵਾਲਾ ਬੁਖਾਰ ਹੈ, ਇਹ ਘੱਟੋ ਘੱਟ ਹਫ਼ਤਾ ਚੜ੍ਹ ਜਾਂਦਾ ਉੱਤਰ ਜਾਂਦਾ, ਹਫ਼ਤਾ ਚੜ੍ਹ ਜਾਂਦਾ ਉੱਤਰ ਜਾਂਦਾ। ਸੋ ਬਹੁਤ ਇਹਦੇ ਸੈੱਲ ਘੱਟ ਰਹੇ ਨੇ, ਠੀਕ ਹੈ। ਸੋ ਇਹਦੇ ਬਚਾਵ ਲਈ ਬਾਬੇ ਉਹ, ਜੇ ਕਿਸੇ ਨੂੰ ਬੁਖਾਰ ਚੜ੍ਹਦਾ ਨਾਲ ਦੀ ਨਾਲ ਟੈਸਟ ਕਰਵਾਓ, ਠੀਕ ਹੈ। ਇਹ ਅੱਜ ਕੱਲ੍ਹ ਡੇਂਗੂ ਵਾਲਾ ਬੁਖਾਰ ਬਹੁਤ ਜ਼ਿਆਦਾ ਹੋ ਰਿਹਾ ਹੈ, ਅਤੇ ਜਦੋਂ ਬੁਖਾਰ ਹੋ ਜਾਂਦਾ ਸੈੱਲ ਘੱਟ ਜਾਂਦੇ ਨੇ, ਕਈ ਬੰਦੇ ਦੀ ਮੌਤ ਵੀ ਹੋ ਜਾਂਦੀ ਜਦੋਂ ਸੈੱਲ ਜ਼ਿਆਦਾ ਘੱਟ ਜਾਣ। ਸੋ ਇਹ ਸੈੱਲ ਜੇ ਜ਼ਿਆਦਾ ਘੱਟ ਜਾਣ ਤਾਂ ਬੱਕਰੀ ਦਾ ਦੁੱਧ, ਮਸੰਮੀ ਦਾ ਜੂਸ, ਕੇਵੀ ਫਰੂਟ ਅਤੇ ਵੱਧ ਤੋਂ ਵੱਧ ਪਾਣੀ ਪੀਣਾ। ਸੋ ਇਹ ਮੱਛਰ ਦੇ, ਜੇ ਕਿਸੇ ਮੱਛਰ ਮਤਲਬ ਕਿ ਡੇਂਗੂ ਵਾਲੇ ਬੰਦੇ ਨੂੰ ਕੱਟ ਕੇ ਦੂਸਰੇ ਬੰਦੇ ਨੂੰ ਕੱਟਦਾ ਤਾਂ ਉਹਨੂੰ ਵੀ ਹੋ ਸਕਦਾ। ਸੋ ਘਰ ਦੇ ਵਿੱਚ ਬਾਬੇ ਸਾਰੇ ਬਾਹਰ ਬੰਦ ਕਰਕੇ ਕਛੂਆ ਲਾ ਦਿਓ, ਧੂੰਆਂ ਧਾਰ ਕਰ ਦਿਓ ਅੰਦਰ, ਉਹ ਸਾਰਾ ਮੱਛਰ ਮਰ ਜੂਗਾ। ਸਾਰੇ ਸ਼ਾਮੀ ਇਹ ਬਾਬੇ ਪਟਿਆਲੇ ਗੇੜਾ ਲਾਇਆ, ਪਟਿਆਲੇ ਤੋਂ ਮਸ਼ੀਨਾਂ ਜਿਹੇ ਨਾਲ ਧੂੰਆਂ ਛੱਡਦੇ ਹੁੰਦੇ ਨੇ, ਠੀਕ ਹੈ, ਉਹ ਧੂੰਆਂ ਛੱਡ ਰਹੇ ਸੀਗੇ ਵੀ ਤਾਂ ਉਹ ਤਾਂ ਛੱਡਦੇ ਨੇ ਧੂੰਆਂ ਕਿ ਮੱਛਰ ਮਰ ਜਾਵੇ, ਡੇਂਗੂ ਬਹੁਤ ਹੋ ਰਿਹਾ। ਸੋ ਬਾਬੇ ਜਿਹੜਾ ਇਹ ਮੱਛਰ, ਇਹ ਮੌਸਮ ਬਦਲ ਰਿਹਾ, ਇਹ ਮੱਛਰ ਬਹੁਤ ਹਰਾਮੀ ਹੈ ਹੁਣ ਵਾਲਾ ਟਾਈਮ ਵਾਲਾ, ਜਦੋਂ ਕੱਟਦਾ ਬਾਬੇ ਨਾਲ ਦੀ ਨਾਲ ਬੰਦੇ ਨੂੰ ਡੇਂਗੂ ਕਰ ਦਿੰਦਾ, ਸੋ ਇਹ ਤੋਂ ਬਚੋ। ਸੋ ਸ਼ਹਿਰਾਂ ਵਾਲੇ ਬਾਬੇ ਉਹ ਧੂੰਆਂ ਛੱਡ ਕੇ ਮੱਛਰ ਮਾਰਨ ਦੀ ਕੋਸ਼ਿਸ਼ ਕਰ ਰਹੇ ਆ, ਮੱਛਰ ਨੂੰ ਸ਼ਹਿਰਾਂ ਵਾਲੇ ਨਹੀਂ ਮਾਰ ਸਕਦੇ ਮਸ਼ੀਨਾਂ ਨਾਲ, ਇਹ ਮੱਛਰ ਨੂੰ ਮਾਰਨਗੇ ਜੱਟ ਮਾਰਨਗੇ ਡੇਂਗੂ ਵਾਲੇ ਨੂੰ, ਹੋਰ ਕੋਈ ਨਹੀਂ ਮਾਰ ਸਕਦਾ। ਜਦੋਂ ਜੱਟਾਂ ਨੇ ਲਾ ਦੀ ਨਾ ਪਰਾਲੀ ਨੂੰ ਅੱਗ, ਨਾ ਰਹੇਗਾ ਬਾਂਸ ਅਤੇ ਨਾ ਵਜੇਗੀ ਬੰਸਰੀ, ਜਦੋਂ ਚਾਰੇ ਪਾਸੇ ਕਰਤਾ ਧੂੰਆਂ ਧਾੜ, 15 ਦਿਨ ਨੂੰ ਸ਼ੁਰੂ ਆ ਕੰਮ, 10 ਦਿਨਾਂ ਨੂੰ ਨਾ ਬੰਦਾ ਦੇਖੇ ਨਾ ਦੇਖੇ ਮੱਛਰ, ਚਾਰੇ ਪਾਸੇ ਧੂੰਆਂ ਧਾੜ ਕਰ ਦੇਣਾ ਭੈਣ ਚੋਂ, ਤਾਂ ਪੰਜਾਬ 'ਚੋਂ ਜਾ ਕੇ ਦਿੱਲੀ ਤੱਕ ਮੇਰੇ ਨਾਲ ਸਾਰਾ ਮੱਛਰ ਮਾਰ ਦੇਣਗੇ, ਡੇਂਗੂ ਇਕੱਲੇ ਜੱਟ ਖਤਮ ਕਰਨਗੇ, ਕੋਈ ਨਹੀਂ ਕਰ ਸਕਦੇ, ਮੱਛਰ ਮੱਖੀ ਭੈਣ ਚੋਂ ਦਾ ਤੇਲਾ ਤੂਲਾ ਸਭ ਖੂੰਜੇ ਲਾ ਦੇਣਗੇ, ਬਸ ਅੱਗ ਲਾਓ ਮੁਹਿੰਮ ਸਟਾਰਟ ਆ, ਥੋੜ੍ਹੇ ਟਾਈਮ ਤੱਕ ਮੱਛਰ ਦੀ ਭੈਣ ਕੱਢ ਦੇਣਗੇ ਜੱਟ। ਪਟਿਆਲੇ ਸੀ ਜਿਹੜੀ ਕੋਠੀ 'ਚ ਰਹਿੰਦੇ ਸੀਗੇ,
ਉਸੀ ਸਾਰੇ ਇੱਕ ਕਮਰੇ 'ਚ ਪੈਂਦੇ ਸੀਗੇ, ਦੂਸਰੇ ਕਮਰੇ 'ਚ ਕੋਈ ਨਹੀਂ ਪੈਂਦਾ, ਉੱਥੇ ਬਾਬੇ ਕੁਛ ਨਾ ਕੁਛ ਰਹਿੰਦਾ। ਮੋਨੂੰ ਵੀ ਰਾਤ ਨੂੰ 11-12 ਵਜੇ ਤੱਕ ਤਾਂ ਆਪਣੀ ਸਹੇਲੀ ਨਾਲ ਗੱਲਾਂ ਕਰੀ ਆ, ਜਦੋਂ ਸਹੇਲੀ ਤੋਂ ਕੱਟਦਾ ਫੋਨ ਕੰਬਲ 'ਚ ਆ ਕੇ ਸਾਡੇ ਵਾਲੇ ਕਮਰੇ 'ਚ ਆ ਕੇ ਪੈ ਗਿਆ। ਸੋ ਪਹਿਲਾਂ ਵੀ ਉੱਥੇ ਕੁਛ ਨਾ ਕੁਛ ਇੱਦਾਂ ਗੜਬੜ ਹੁੰਦੀ ਆ, ਬਹੁਤ ਪੁਰਾਣੀ ਜਿਹੀ ਕੋਠੀ ਆ ਉਹ। ਸੋ ਕੱਲ੍ਹ ਮੇਰੇ ਅੱਖੀਂ ਦੇਖਦੀ ਗੱਲ ਹੈ, ਕੋਠੀ ਦੇ ਅੰਦਰਲੇ ਪਾਸੇ ਵਾਲਾ ਗੇਟ ਕੋਈ ਹਵਾ ਨਹੀਂ ਚੱਲਦੀ, ਕੁਛ ਹੋਰ ਨਹੀਂ ਚੱਲਦੀ, ਕੋਠੀ ਦੇ ਅੰਦਰ ਤਾਂ ਹਵਾ ਕਿੱਧਰੋਂ ਆਜੂਗੀ। ਮੈਂ ਤਾਂ ਲੱਭਾ ਖੜ੍ਹੇ ਗੱਲ ਕਰੀ ਨਾ, ਗੇਟ ਦਾਲ ਤੋਂ ਨਹੀਂ ਵੱਜਿਆ ਬਾਬੇ, ਕੋਈ ਬੰਦਾ ਨਹੀਂ ਸੀ, ਕੁਛ ਨਹੀਂ ਸੀ, ਇੰਨਾ ਤੇਜ਼ ਗੇਟ ਯਾਰ ਭੈਣ ਚੋਂ ਕਮਾਲ ਮੰਨ ਗਈ। ਅਤੇ ਉੱਥੇ ਪੱਖਾ ਲੱਗਿਆ, ਪੱਖਾ ਰਾਤ ਨੂੰ ਕੱਲ੍ਹ ਲੱਗ ਜੂ, ਮਤਲਬ ਕਿ ਹੁਣ ਦਿਨੇ ਵਧੀਆ ਚੱਲ ਰਿਹਾ ਰਿਲੈਕਸ, ਰਾਤ ਨੂੰ ਕੱਲ੍ਹ ਟਿੱਕ 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 ਐਂ ਕਰ ਲੱਗ ਜਾਂਦਾ ਪੱਖਾ, ਪੱਖਾ ਰੈਗੂਲਰ ਚੱਲ ਰਿਹਾ, ਵਧੀਆ ਚੱਲ ਰਿਹਾ, ਟਿੱਕ ਟਿੱਕ ਇੱਦਾਂ ਕਰਨ ਲੱਗ ਜਾਂਦਾ। ਅਤੇ ਹੁਣ ਸਾਰੇ ਉੱਥੋਂ ਆ ਗਏ, ਇਕੱਲਾ ਮੋਨੂੰ ਸੀ, ਮੋਨੂੰ ਵੀ ਹੋਰ ਕੋਠੀ ਜਾ ਕੇ ਪੈ ਗਿਆ, ਇਕੱਲਾ ਉੱਥੇ ਕੋਈ ਨਹੀਂ ਪੈਂਦਾ, ਪੱਕਾ ਉੱਥੇ ਕੁਛ ਨਾ ਕੁਛ ਹੈਗਾ ਭੈਣ ਚੋਂ। ਤਾਂ ਰਾਤ ਨੂੰ ਕਦੇ ਗੇਟ ਯਾਰ ਮੇਰੇ ਅੱਖੀਂ ਦੇਖਦੀ ਗੱਲਾਂ, ਭੈਣ ਤਾਂ ਦਾੜ ਤਾਂ ਨਹੀਂ ਵੱਜਿਆ, ਨੋਰਮਲ ਖੜਿਆ ਸੀ, ਕਿਸ ਕੋ ਹਵਾ ਨਹੀਂ ਸ਼ੋਰ। ਸੋ ਇਹ ਗੱਲਾਂ ਸਾਰੀ ਦੁਨੀਆ ਮੰਨਦੀ ਆ, ਅਸੀਂ ਵੀ ਮੰਨਦੇ ਹਾਂ ਵੀ ਕੁਛ ਨਹੀਂ ਹੈਗਾ, ਅਸੀਂ ਬੈਠੇ ਕਹਿ ਦਿੰਦੇ ਵੀ ਕੁਛ ਨਹੀਂ ਹੈਗਾ, ਕਿਤੇ ਕੁਛ ਨਹੀਂ ਹੈਗਾ, ਬਟ ਬਾਬੇ ਜਦੋਂ ਕਿਸੇ ਬੰਦੇ ਨਾਲ ਬੀਤਦੀ ਹੈ ਨਾ ਉਦੋਂ ਪਤਾ ਲੱਗਦਾ। ਸੋ ਤੁਹਾਨੂੰ ਡਰ ਤਾਂ ਨਹੀਂ ਲੱਗਿਆ ਵੈਸੇ, ਇਕੱਲਾ ਬੰਦਾ ਅਸੀਂ ਊਂ ਵੀ ਨਹੀਂ ਪੈਂਦੇ ਵੈਸੇ, ਬਟ ਕਮਾਲ ਦੀ ਗੱਲ ਹੈ ਵੀ ਗੇਟ ਵੱਜਿਆ, ਇੱਦਾਂ ਦੀਆਂ ਹਰਕਤਾਂ ਹੁੰਦੀਆਂ ਨੇ। ਬਟ ਇਹ ਗੱਲਾਂ ਲੋਕਾਂ ਨਾਲ ਜਿਨ੍ਹਾਂ ਨਾਲ ਬੀਤਦੀਆਂ ਨੇ ਉਹਨਾਂ ਨੂੰ ਪਤਾ ਹੈਗਾ ਬਹੁਤ ਕੁਛ ਆ ਆਪਣੇ ਇੰਡੀਆ ਦੇ ਵਿੱਚ। ਕਈ ਕੋਠੀਆਂ ਆਈਆਂ ਜਾਂ ਪਈਆਂ ਜਿਹੜੀਆਂ ਬੰਦਾ ਕੋਈ ਰੈਂਟ 'ਤੇ ਲੈਂਦਾ ਨਹੀਂ ਹੈਗਾ, ਉਹ ਸਾਲਾਂ ਤੋਂ ਖਾਲੀ ਪਈਆਂ ਨੇ, ਕੋਈ ਲੈਂਦਾ ਹੀ ਨਹੀਂ ਹੈਗਾ। ਸੋ ਹੈਗਾ ਬਹੁਤ ਕੁਛ ਹੈ, ਬਟ ਇਹ ਹਰ ਇੱਕ ਬੰਦੇ ਨੂੰ ਸ਼ੋਅ ਨਹੀਂ ਹੁੰਦਾ। ਸੋ ਜਿਹੜਾ ਬੰਦਾ ਬਾਬੇ ਸਟੋਰੀਆਂ ਦੇਖਣ ਤੋਂ ਬਾਅਦ ਦੋ ਬੰਦਿਆਂ ਦੇ ਫੋਨ ਆ ਗਏ, ਉਹ ਕਹਿੰਦੇ ਪਰਸੋਂ ਨੂੰ ਅਸੀਂ ਜਾਣਾ ਸੀ ਪਟਿਆਲੇ ਕੋਠੀ 'ਚ ਰਹਿਣ, ਕਹਿੰਦੇ ਬਈ ਤਾਂ ਜਾਂਦੇ ਨਹੀਂ, ਕਹਿੰਦੇ ਨਾਲ ਜਦੋਂ 4-5 ਬੰਦੇ ਹੋਣਗੇ ਫਿਰ ਤਾਂ ਜੰਮਾਂਗੇ, ਇਕੱਲੇ ਇਕੱਲੇ ਨਹੀਂ ਜਾਂਦੇ। ਆਪਣਾ ਚੇਅਰਮੈਨ ਕਹਿੰਦਾ ਪਹਿਲਾਂ ਦੱਸਦਾ, ਕਹਿੰਦਾ ਭੈਣ ਚੋਂ ਰੈਂਟ ਲੈ ਦਿੰਦੇ, ਲੱਭਾ ਇਹਨਾਂ ਨੂੰ ਬਹੁਤ ਪਹਿਲਾਂ ਦੱਸਦਾ ਰਿਹਾ ਵੀ ਐਂ ਹੁੰਦਾ, ਉਹ ਤਾਂ ਯਕੀਨ ਨਾ ਕਰੇ ਇਹਨਾਂ ਨੇ। ਜਦੋਂ ਮੈਂ ਕੱਲ੍ਹ ਦੇਖਿਆ ਫਿਰ ਇਹਨਾਂ ਨੇ, ਹੁਣ ਮੈਂ ਸਟੋਰੀਆਂ ਪਈਆਂ, ਹੁਣ ਇਹਨਾਂ ਨੂੰ ਯਕੀਨ ਹੋਇਆ। ਹੁਣ ਜਾ ਕੇ ਦੇਖ ਲਓ ਏਸੀ ਖੜ੍ਹਾ, ਰਾਤ ਉੱਤੇ ਏਸੀ ਵਾਲੀ ਸੁੱਚ ਖੜ੍ਹ ਗਈ, ਦੋ ਪਲੱਗ ਉਹ ਨਹੀਂ ਚੱਲ ਰਹੇ, ਠੀਕ ਹੈ, ਲਾਈਟ ਪਹਿਲਾਂ ਪਲੱਗ ਸਾਰੀ ਲਾਈਟ ਖੜ੍ਹ ਗਈ, ਫਿਰ ਦੋ ਪਲੱਗ ਖੜ੍ਹ ਗਏ, ਹੁਣ ਬਾਕੀ ਲਾਈਟ ਚੱਲ ਰਹੀ, ਕਿਤੇ ਕੁਛ ਖੜ੍ਹ ਜਾਂਦਾ ਕਿਤੇ ਕੁਛ ਖੜ੍ਹ ਜਾਂਦਾ। ਭੂਤਾਂ ਦੀ ਨਿਸ਼ਾਨੀ ਤੁਹਾਨੂੰ ਦੱਸ ਦਿੰਦਾ, ਦੋ ਨਿਸ਼ਾਨੀਆਂ, ਦੋ ਤਿੰਨ ਨਿਸ਼ਾਨੀਆਂ ਦੇ ਫਿਲਮਾਂ ਦੇ ਵਿੱਚ ਵੀ ਐਵੇਂ ਹੀ ਦਿਖਾਇਆ, ਸੱਚੀਆਂ ਗੱਲਾਂ ਪਹਿਲਾਂ ਬੀਤੀਆਂ ਹੁੰਦੀਆਂ ਨੇ, ਫਿਰ ਉਹਨਾਂ ਨੂੰ ਥੋੜ੍ਹਾ ਮੋਟਾ ਮਸਾਲਾ ਲਾਉਂਦੇ ਨੇ। ਪਹਿਲੀ ਨਿਸ਼ਾਨੀ ਕੁੱਤਾ ਭੌਂਕੂਗਾ, ਠੀਕ ਹੈ, ਲਾਈਟ ਬਿਜਲੀ ਇੱਦਾਂ ਦਾ ਕਰੂਗੀ, ਗੇਟ ਹਵਾ ਨਾ ਦੱਸ। ਜਿਹੜੇ ਵੀਰ ਕਹਿੰਦੇ ਸੀ ਕਿ ਅਸੀਂ ਨਹੀਂ ਡਰਦੇ, ਸਾਨੂੰ ਭੇਜੋ ਕਿੱਥੇ ਮਰਜ਼ੀ, ਬਾਬੇ ਮੈਂ ਨੰਬਰ ਪਾਤਾ ਮੁੰਡੇ ਦਾ, ਠੀਕ ਹੈ, ਉਹਦੇ ਬਾਈ ਨੇ ਕਿਹਾ ਕਹਿੰਦਾ ਮੈਂ ਕੋਠੀ ਤੱਕ ਛੱਡਿਆਊਂਗਾ। ਅਤੇ ਬਹੁਤ ਤਲਵੰਡੀ ਵਾਲੇ ਵੀਰਾਂ ਦੇ ਮੈਸੇਜ ਆਏ, ਕਹਿੰਦੇ ਬਈ ਸੱਚੀ ਗੱਲ ਹੈ, ਪਹਿਲਾਂ ਵੀ ਬਹੁਤ ਵਾਰੀ ਗੱਲ ਸੁਣੀ ਹੈ, ਇਹ ਗੱਲ ਜਮ੍ਹਾਂ ਸੱਚੀ ਹੈ। ਸੋ ਜਿਹੜੇ ਵੀਰ ਕਹਿੰਦੇ ਕੁਛ ਨਹੀਂ ਇਹੋ ਜਿਹਾ, ਅਸੀਂ ਨਹੀਂ ਡਰਦੇ ਬਾਬੇ, ਤਰਕਸੀਲ ਵਾਲੇ ਜਾ ਕੇ ਵੀ ਉੱਥੇ ਮੁੜਿਆ, ਠੀਕ ਹੈ, ਰਾਤ ਨੂੰ ਕੋਈ ਨਹੀਂ ਖੜ੍ਹਦਾ ਉੱਥੇ। ਜਿਹੜੇ ਵੀ ਵੱਡੇ ਤੋਂ ਵੱਡੇ ਕਹਿੰਦੇ ਨੇ, ਦੋ ਬੰਦਿਆਂ ਨੂੰ ਅਸੀਂ ਜਾਣ ਦੇਵਾਂਗੇ, ਰਾਤ 10 ਰਾਤਾਂ ਰਹਿਣੀਆਂ ਨੇ ਉੱਥੇ, ਠੀਕ ਹੈ, 10 ਰਾਤਾਂ ਦਾ 10,000 ਰੁਪਇਆ ਮੇਰੇ ਵੱਲੋਂ, ਠੀਕ ਹੈ, ਇੱਕ ਰਾਤ ਦਾ 1,000 ਰੁਪਇਆ ਮੈਂ ਦਊਂਗਾ। ਅਤੇ ਹੋਰ ਵੀਰਾਂ ਦੇ ਬਹੁਤਿਆਂ ਦੇ ਮੈਸੇਜ ਆਏ, ਕਹਿੰਦੇ ਅਸੀਂ ਵੀ ਰੁਪਈਏ ਦੇਵਾਂਗੇ, ਘੱਟੋ ਘੱਟ ਉਹਨੂੰ 1,00,000 ਰੁਪਇਆ ਬਣ ਜਾਊ 10 ਦਿਨਾਂ ਦਾ, ਜਿਹੜਾ ਵੀਰ ਉੱਥੇ ਰਹੂਗਾ ਰਾਤ ਨੂੰ 1,00,000 ਰੁਪਇਆ ਬਣ ਜਾਊ, ਮੈਂ ਸਟੋਰੀਆਂ ਹੋਰ ਪਾ ਦੂੰ, ਬਹੁਤ ਰੁਪਏ ਇਕੱਠੇ ਕਰ ਦਾਂਗੇ। ਕਿਹੜਾ ਹੈਗਾ ਚਾਹ ਬਣ ਤੋਂ ਉਹਦੇ ਬੰਦੇ ਨਾਲ ਕੰਟੈਕਟ ਕਰ ਲਿਆ ਉੱਥੇ ਜਾ ਕੇ ਰਹੇ, ਹੁਣ ਤਾਂ ਠੀਕ ਹੈ ਉੱਥੇ ਦਿਨੇ ਤਾਂ ਲੋਕ ਨਸ਼ੇ ਪੱਤੇ ਕਰੀ ਜਾਂਦੇ ਰਹਿੰਦੇ ਨੇ, ਬਟ ਰਾਤ ਨੂੰ ਉੱਥੇ ਕੋਈ ਨਹੀਂ ਰਹਿ ਸਕਦਾ, ਦਿਨੇ ਤਾਂ ਕੁਛ ਨਹੀਂ ਹੁੰਦਾ। ਉੱਥੇ ਲਾਸ਼ਾਂ ਕਹਿੰਦੇ 3-4 ਸੀ ਉੱਥੇ ਦਫਨਾਤੀਆਂ, ਅਤੇ ਬਾਕੀ ਉੱਥੇ ਰਹਿਣ ਸਹਿਣ ਦਾ ਇੰਤਜ਼ਾਮ ਅਸੀਂ ਲਾਈਟ ਦਾ ਪ੍ਰਬੰਧ ਵੀ ਕਰ ਦਾਂਗੇ, ਸਾਰਾ ਕੁਛ ਕਰ ਦਾਂਗੇ। ਜਿਹੜੇ ਵੀਰ ਹੈਗੇ ਕੋਈ ਬਾਹਲਾ ਚਾਹਵਣ ਵੀ ਮੈਂ ਹੈਗਾ, ਜਿਹੜੇ ਇੱਕ ਤਾਂ ਆਪਣੇ ਕਹਿੰਦੇ ਨੇ ਮੈਂ ਨਹੀਂ ਡਰਦਾ ਵੀ ਮੈਂ ਨਹੀਂ ਡਰਦਾ, ਕੁਛ ਨਹੀਂ ਹੈਗਾ ਉੱਥੇ। ਸੋ ਬਾਬੇ ਉਹ ਉੱਥੇ, ਠੀਕ ਹੈ, ਜਾਓ, 1,000 ਰੁਪਏ ਇੱਕ ਰਾਤ ਦਾ ਮੈਂ ਦੂੰਗਾ, 10 ਰਾਤਾਂ ਲਾਉਣੀਆਂ, 3 ਬੰਦੇ ਹੋਣ, ਠੀਕ ਹੈ, ਰੋਟੀ ਪਾਣੀ ਦਾ ਇੰਤਜ਼ਾਮ, ਪਾਣੀ ਬਿਜਲੀ ਸਾਰਾ ਕਰ ਦਾਂਗੇ ਅਸੀਂ ਉੱਥੇ, ਅਤੇ ਫਿਰ ਬਾਕੀ ਹੋਰ ਵੀ ਬਹੁਤੇ ਪੈਸੇ ਆਉਣਗੇ, 1,00,000 ਰੁਪਏ ਬਣ ਜਾਣਗੇ, ਠੀਕ ਹੈ। ਜਿਹੜੇ ਬੰਦੇ 'ਚ ਕਹਿੰਦੇ ਨੇ ਵੀ ਅਸੀਂ ਨਹੀਂ ਡਰਦੇ, ਉੱਥੇ ਜਾ ਕੇ ਸਿਰਫ 10 ਦਿਨ ਰਾਤ 10 ਰਾਤਾਂ, ਲੋਕਾਂ 'ਚ ਅੱਧਾ ਰੱਬ ਹੁੰਦਾ, ਲੋਕ ਉਹੀ ਵੀ ਥੋੜ੍ਹਾ ਪਕਾਈ ਮਰੀ ਜਾਂਦੇ ਨੇ, ਇੰਨੇ ਲੋਕ ਕਹਿ ਰਹੇ ਨੇ, ਲੱਖਾਂ ਲੋਕ ਕਹਿੰਦੇ ਨੇ ਵੀ ਉੱਥੇ ਕੁਛ ਹੈਗਾ, ਕੁਛ ਹੈਗਾ, ਤਾਂ ਹੀ ਕਹਿੰਦੇ ਨੇ ਕੋਈ ਗੱਲਬਾਤ ਹੈਗੀ, ਐਵੇਂ ਥੋੜ੍ਹਾ ਬਾਈ ਬਿਨਾਂ ਗੱਲ ਤੋਂ ਬਾਅਦ ਚੱਲਦੀ, ਕੋਈ ਗੱਲਬਾਤ ਹੁੰਦੀ ਹੈ, ਕੁਛ ਨਾ ਕੁਛ ਹੁੰਦਾ, ਫੇਰ ਹੀ ਚੱਲਦਾ ਹੁੰਦਾ। ਦੁਨੀਆ ਅੱਧਾ ਰੱਬ ਹੁੰਦਾ, ਪਹਿਲਾਂ ਹੀ ਦੱਸ ਦਿੰਦੇ ਨੇ ਵੀ ਇੱਥੇ ਕੁਛ ਹੈਗਾ, ਬਈ ਗੜਬੜਾ ਕੋਈ। ਸੋ ਜਿਹੜੇ ਕਹਿੰਦੇ ਸੀ ਮੈਨੂੰ ਮੈਸੇਜ ਕਰ ਕਰਕੇ, ਉਹ ਬੰਦੇ ਨਾਲ ਕੰਟੈਕਟ ਕਰ ਲਓ, ਤੁਸੀਂ ਜਾ ਕੇ ਦੇਖਿਓ, ਜਿੱਦਾਂ ਰਹਿਣਾ ਹੋਇਆ ਮੈਨੂੰ ਦੱਸ ਦਿਓ, ਮੈਂ 10,000 ਰੁਪਏ ਦਾ ਮੈਂ ਦੇ ਦੂੰ, ਬਾਕੀ ਹੋਰ ਦੇਣਗੇ ਬੰਦੇ, ਅਤੇ ਫਿਰ ਦੇਖਦੇ ਹਾਂ ਕਿਹੜਾ ਬਚ ਕੇ ਆਉਂਦਾ ਉੱਥੇ। ਐਵੀ ਫੁੱਦੂ ਪੜਾਕੇ ਮਾਰੀਆਂ, ਦੁਨੀਆਂ 'ਚ ਬਹੁਤ ਕੁਛ ਆ ਦੇਖਣ ਨੂੰ, ਬਹੁਤ ਕੁਛ ਆ, ਜਿਹਨਾਂ ਨਾਲ ਬੀਤਦੀ ਆ ਉਹਨਾਂ ਨੂੰ ਪਤਾ ਲੱਗਦਾ, ਜਿਹਨੇ ਉੱਥੇ ਨਾਲ ਲੋਕਾਂ ਨਾਲ ਬੀਤੀ ਹੋਈ ਉੱਥੇ ਜਾ ਕੇ ਪੁੱਛ ਕੇ ਦੇਖੋ, ਉਹਨਾਂ ਨੂੰ ਪਤਾ। ਸੋ ਬਾਬੇ ਸਟੋਰੀਆਂ ਪਾਤੀਆਂ, ਬਾਬੇ ਮੈਂ ਤਾਂ ਆਪ ਜਾ ਕੇ ਆਪਦੀ ਮੰਮੀ ਕੋਲ ਜਾ ਕੇ ਸੌਂਦਾ, ਸੋ ਮੈਂ ਤਾਂ ਆਪ ਇਕੱਲਾ ਪੈਂਦਾ, ਖਤਰਾ ਬਹੁਤ ਹੈ। ਸੋ ਬਾਬੇ ਜਾਂਦਾ ਹੋਇਆ ਮੈਂ ਇੱਕ ਗੱਲ ਹੋਰ ਦੱਸ ਕੇ ਜਾਣਾ ਚਾਹੁੰਦਾ ਕਿ ਭੂਤਾਂ ਨੂੰ ਕਦੇ ਚੈਲੰਜ ਨਹੀਂ ਕਰਨਾ ਚਾਹੀਦਾ, ਠੀਕ ਹੈ, ਇਹ ਆਤਮਾ ਹੁੰਦੀਆਂ ਨੇ, ਹਵਾ
ਸੋ ਉੱਥੇ ਬੰਦੇ ਤਿੰਨ ਫਾਹਾ ਲੈ ਕੇ ਮਰੇ ਹੋਏ ਨੇ, ਜਿੰਨਾ ਚਿਰ ਉਹਨਾਂ ਦਾ ਸਮਾਂ ਪੂਰਾ ਨਹੀਂ ਹੁੰਦਾ ਉਹ ਨਹੀਂ ਜਾਂਦੇ, ਉਹਨਾਂ ਚਿਰ ਆਤਮਾ ਇੱਥੇ ਰਹਿੰਦੀ ਹੈ। ਸੋ ਕਈ ਬੰਦਿਆਂ ਨੇ ਇੱਦਾਂ ਦੇਖਿਆ, ਸੋ ਜਿਹੜੀ ਕੋਈ ਬੰਦੇ ਵੀ ਮਰੀ ਜਾਂਦੇ ਨੇ ਉਹਨਾਂ ਨੇ ਕੁਛ ਨਹੀਂ ਦੇਖਿਆ, ਜਿਨ੍ਹਾਂ ਨੂੰ ਇਹ ਚੀਜ਼ਾਂ ਬੀਤੀਆਂ ਹੋਈਆਂ ਨੇ, ਜਿਨ੍ਹਾਂ ਨੇ ਇਹ ਚੀਜ਼ਾਂ ਅੱਖੀ ਦੇਖੀਆਂ ਨੇ ਉਹਨਾਂ ਨੂੰ ਪੁੱਛ ਕੇ ਦੇਖੋ, ਐਵੇਂ ਥੋੜ੍ਹਾ ਭੈਣ ਚੋਂ ਲੋਕ ਇਹ ਭੂਤਾਂ ਪ੍ਰੇਤਾਂ ਤਾਂ ਸਦੀਆਂ ਤੋਂ ਚੱਲਦੀਆਂ ਆ ਰਹੀਆਂ ਨੇ। ਮੰਨਿਆ ਕਿ ਜਿਹੜੇ ਬੰਦੇ ਸਹੀ ਨੇ ਉਹਨਾਂ ਨੂੰ ਨਹੀਂ ਮਿਲਦੀਆਂ, 100 ਦੇ ਵਿੱਚੋਂ 10% ਬੰਦਿਆਂ ਨੂੰ ਮਿਲਦੀਆਂ ਨੇ, ਠੀਕ ਹੈ। ਜਦੋਂ ਆਪ ਜਾ ਕੇ ਉੱਥੇ ਰਹਿਣ ਲੱਗ ਗਏ ਨਾ, ਉੱਥੇ ਫਿਰ ਪਤਾ ਲੱਗਦਾ। ਬਾਬਿਓ ਅਸੀਂ ਅੱਗ ਲਾਉਣ ਜਾ ਰਹੇ ਹਾਂ, ਫਟਾਫਟ ਫੇਸਬੁੱਕ 'ਤੇ ਲਾਈਵ 'ਤੇ ਆ ਜਾਓ, ਪ੍ਰੋਡਿਊਸਰ DXX 'ਤੇ, ਅਤੇ ਆਮਣੀ ਦਾ ਚੈਨਲ ਆ ਪ੍ਰੋਡਿਊਸਰ DXX ਟੀਮ, ਸਾਡਾ ਪਿੰਡ ਕੋਟਦੋਨੇ ਵਾਲੇ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ ਵਾਲੇ ਭਾਈ ਸਾਡੇ ਅੱਗ ਲਾਉਣ ਜਾ ਰਹੇ ਨੇ ਪਿੰਡ ਕੋਟਦੋਨਾ ਵਿੱਚ, ਅਤੇ ਫਟਾਫਟ ਆ ਜਾਓ ਕਰਾ ਲਾਈਵ 'ਚ। ਕਿਸਾਨ ਵੀਰ ਜਿਹੜੇ ਵੀ ਕਿਸਾਨ ਵੀਰ ਪਰਾਲੀ ਨੂੰ ਅੱਗ ਲਾਉਣਗੇ ਉਹ ਲਾਈਵ ਵੱਧ ਤੋਂ ਵੱਧ ਸ਼ੇਅਰ ਕਰੋ ਫੇਸਬੁੱਕ 'ਤੇ, ਠੀਕ ਆ। ਸਾਡੇ ਪਿੰਡ ਮੁਹਿੰਮ ਸ਼ੁਰੂ ਕਰ ਦਿੱਤੀ ਹੈ, ਇਹਦਾ ਕੋਈ ਹੱਲ ਨਹੀਂ ਹੈਗਾ, ਨਾ ਤਾਂ ਇਹ ਬਹਿੰਦੀ ਹੈ, ਇਹ ਤੋਂ ਬਿਨਾਂ ਕਣਕ ਨਹੀਂ ਬੀਜਦੀ, ਇਹਦਾ ਹੱਲ ਇੱਕੋ ਇੱਕ ਹੈ, ਅੱਗ। ਕਿਵੇਂ ਕਰਨਾ ਜੀ ਦੱਸੋ, ਇਹ ਪਿੰਡ ਦਾ ਪ੍ਰਾਹੁਣਾ ਜੀ, ਪਿੰਡ ਦਾ ਪ੍ਰਾਹੁਣਾ, ਇੱਧਰ ਦਿਖਾਓ ਮਾੜੇ ਦਰਸ਼ਨ ਕਰਾਏ ਜੀ, ਪਿੰਡ ਦਾ ਪ੍ਰਾਹੁਣਾ ਨੂੰ ਗਾਲਾਂ ਕੱਢੋ।